ਸਮਾਣਾ ਦਾ E2 ਇਮੀਗ੍ਰੇਸ਼ਨ ਜਿਹੜਾ ਸੈਂਟਰ ਹੈ ਜਿੱਥੇ ਕਿ ਵਿਦਿਆਰਥੀ ਪੜ੍ਹ ਕੇ ਵਿਦੇਸ਼ਾਂ ਵੱਲ ਜਾ ਰਹੇ ਹੈ, ਲਗਾਤਾਰ ਬੱਚਿਆਂ ਦੇ ਵੀਜ਼ੇ ਆ ਰਹੇ ਹੈ ਔਰ ਉਹਨਾਂ ਦੇ ਮਾਪੇ ਵੀ ਇਸ ਗੱਲ ਤੋਂ ਖੁਸ਼ ਹੈ ਕਿ ਸਮਾਣਾ ਸ਼ਹਿਰ ਦੇ ਪਹਿਲਾਂ ਬੱਚੇ ਚੰਡੀਗੜ੍ਹ ਜਾਂਦੇ, ਕੋਈ ਜਲੰਧਰ ਜਾਂਦਾ ਸੀ, ਲੇਕਿਨ ਇੱਥੇ ਬਿਲਕੁਲ ਸਹੀ ਤਰੀਕੇ ਨਾਲ ਬੱਚਿਆਂ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਔਰ ਬਿਲਕੁਲ ਸਹੀ ਢੰਗ ਨਾਲ, ਕਿਸੇ ਨਾਲ ਕੋਈ ਫਰੋਡ ਨਹੀਂ ਹੋ ਰਿਹਾ, ਉਸ ਨੂੰ ਲੈ ਕੇ ਇੱਥੇ ਕਿ ਲੋਕ ਵੀ ਖੁਸ਼ ਹੈ। ਜਿਹੜਾ E2 ਇਮੀਗ੍ਰੇਸ਼ਨ ਕੇਂਦਰ ਹੈ, ਜਿਹੜਾ ਸੈਂਟਰ ਹੈ ਜਿੱਥੇ ਕਿ ਨੌਜਵਾਨ ਪੜ੍ਹਾਈ ਦੇ ਬਾਅਦ ਆਈਲੈਟਸ ਕਰਦੇ ਔਰ ਵਿਦੇਸ਼ ਜਾਣ ਲਈ ਉਹਨਾਂ ਨੂੰ ਵੀਜ਼ੇ ਲੱਗ ਰਹੇ ਹਨ ਲਗਾਤਾਰ, ਔਰ ਉਸ ਦੇ ਤਹਿਤ ਅਸੀਂ ਗੱਲਬਾਤ ਕਰਦੇ ਜਿਨ੍ਹਾਂ ਬੱਚਿਆਂ ਦੇ ਵੀਜ਼ੇ ਲੱਗੇ ਹੈ। ਹਾਂਜੀ, ਕੀ ਨਾਮ ਆਪ ਜੀ ਦਾ? ਸਤਿ ਸ਼੍ਰੀ ਅਕਾਲ ਜੀ, ਰਵਿੰਦਰ ਸਿੰਘ ਮੇਰਾ ਨਾਮ ਹੈ ਜੀ, ਅਤੇ ਮੈਂ ਧਨੌਰੀ ਤੋਂ। ਸਰ, ਤੁਸੀਂ ਇੱਥੇ ਕਿਸ ਤਰ੍ਹਾਂ ਦੀ ਪੜ੍ਹਾਈ ਕੀਤੀ ਔਰ ਕਿਹੜੇ ਦੇਸ਼ ਦਾ ਤੁਹਾਡਾ ਵੀਜ਼ਾ ਲੱਗਿਆ? ਮੈਂ ਸਰ ਇੱਥੋਂ ਹੀ ਆਈਲਸ ਕੀਤੀ ਸੀਗੀ ਅਤੇ ਹੁਣ ਮੇਰਾ UK ਦਾ ਸਟੱਡੀ ਵੀਜ਼ਾ ਲੱਗਿਆ ਰਾਘਵ ਸਰ ਤੋਂ, ਅਤੇ E2 ਇਮੀਗ੍ਰੇਸ਼ਨ ਬਹੁਤ ਹੀ ਵਧੀਆ ਸਟਾਫ ਆ, ਬਹੁਤ ਹੀ ਵਧੀਆ ਕੋਪਰੇਟ ਕਰਦੇ ਆ ਸਾਰਿਆਂ ਨਾਲ ਹੀ, ਅਤੇ ਵਧੀਆ ਇਹਨਾਂ ਨੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ, ਮੇਰਾ ਸਿਰਫ 1 ਮੰਥ ਦੇ ਵਿੱਚ ਇਹਨਾਂ ਨੇ ਪ੍ਰੋਸੈਸ ਜਿਹੜਾ ਵਧੀਆ ਪ੍ਰੋਸੈਸ ਪੂਰਾ ਕਰਤਾ ਹੈ। ਠੀਕ ਹੈ, ਤਾਂ ਮੈਂ ਸਾਰਿਆਂ ਨੂੰ ਇਹੀ ਗਾਈਡ ਕਰਦਾ ਕਿ ਜਿੰਨੇ ਵੀ ਮੇਰੇ ਆਪਣੇ ਜਿੰਨੇ ਹੈਗੇ ਸਟੂਡੈਂਟ ਆ ਉਹ ਆਪਣੇ ਆਫਟਰ +2 ਜਾਂ ਆਫਟਰ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ, ਮਾਸਟਰਸ ਲਈ ਵੀ ਆਪਣਾ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਪਲੀਜ਼ ਇੱਕ ਵਾਰੀ ਰਾਘਵ ਸਰ ਨੂੰ ਆ ਕੇ ਮਿਲੋ। ਮੇਰਾ ਨਾਮ ਸਮਨਪ੍ਰੀਤ ਕੌਰ ਹੈ। ਤੁਸੀਂ ਕਿਹੜੇ ਦੇਸ਼ ਦਾ ਵੀਜ਼ਾ ਲਗਾਇਆ, ਕਿੰਨੇ ਐਜੂਕੇਸ਼ਨ ਇੱਥੇ ਹਾਸਲ ਕੀਤੀ? UK ਵੀਜ਼ਾ ਲੱਗਿਆ ਮੇਰਾ, ਰਾਘਵ ਸਰ ਨੇ ਲਗਾਇਆ ਬਿਨਾਂ ਆਈਲਟਸ ਔਰ PT ਤੋਂ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਸਰ ਨੇ। UK ਜਾ ਰਹੇ ਹੋ, ਤੇ ਕਿਸ ਤਰ੍ਹਾਂ ਤੁਹਾਡੇ ਮਨ 'ਚ ਆਇਆ ਵੀ ਮੈਂ ਉੱਥੇ ਹੀ ਜਾਣਾ ਹੈ? ਬਹੁਤ ਵਧੀਆ ਲੱਗ ਰਿਹਾ ਮੈਨੂੰ ਵੀ, ਸਰ ਨੇ ਮੇਰਾ ਬਹੁਤ ਘੱਟ ਟਾਈਮ ਦੇ ਵਿੱਚ ਵੀਜ਼ਾ ਲਗਾ ਕੇ ਦਿੱਤਾ। ਮੇਰਾ ਨਾਮ ਵਰਿੰਦਰ ਸਿੰਘ ਹੈ ਜੀ। ਤੁਹਾਡੀ ਕਿੰਨੀ ਪੜ੍ਹਾਈ ਦੇ ਬਾਅਦ ਤੁਸੀਂ ਇੱਥੇ ਆਏ? ਮੈਂ ਆਪਣੇ BBA ਦੀ ਸਟੱਡੀ ਤੋਂ ਬਾਅਦ ਇੱਥੇ ਆਇਆ ਅਤੇ ਇੱਥੇ ਮੈਂ ਵੀਜ਼ਾ ਆਪਣਾ ਅਪਲਾਈ ਕੀਤਾ ਰਾਘਵ ਸਰ ਉਹਨਾਂ ਕੋਲ। ਇਹਨਾਂ ਦਾ ਸਟਾਫ ਬਹੁਤ ਵਧੀਆ, ਬਹੁਤ ਕੋਆਪਰੇਟਿਵ ਕਰਦਾ। ਕਿਹੜੇ ਦੇਸ਼ ਦਾ ਤੁਹਾਡਾ? UK ਦਾ? ਮੇਰਾ UK ਦਾ ਵੀਜ਼ਾ ਲੱਗਿਆ ਜੀ। ਇੱਥੇ ਜਿਹੜੇ ਨੌਜਵਾਨ ਹੈ ਇਹਨਾਂ ਦੇ UK ਦੇ ਵੀਜ਼ੇ ਲੱਗੇ ਹੈ ਔਰ ਕਈਆਂ ਦੇ ਵੀਜ਼ੇ ਬਿਨਾਂ ਆਈਲੈਟਸ ਦੇ ਲੱਗੇ। ਜਗਦੀਪ ਸਿੰਘ ਜੀ ਮੇਰਾ ਨਾਮ, UK ਦਾ ਜੀ। ਇੱਥੇ ਕਿੰਨੀ ਪੜ੍ਹਾਈ ਕੀਤੀ ਤੁਸੀਂ? ਇੱਥੇ ਮੈਂ +2 ਕਰੀ ਹੈ ਜੀ। ਅਤੇ ਕਿਸ ਤਰ੍ਹਾਂ ਕੋਈ ਪਰੇਸ਼ਾਨੀ ਕਿਸ ਤਰ੍ਹਾਂ? ਨਹੀਂ ਨਹੀਂ, ਬਹੁਤ ਵਧੀਆ ਕਰਵਾਇਆ ਜੀ। ਪਹਿਲਾਂ ਮੈਂ ਆਪਣੇ ਗਲਤ ਏਜੰਟ ਕੋਲ ਫਸ ਗਿਆ ਸੀ, ਜਾ ਕੇ ਉਹਨਾਂ ਨੇ ਮੇਰਾ 5 ਲੱਖ ਰੁਪਈਆ ਦੱਬ ਵੀ ਲਿਆ ਸੀ। ਉਦੋਂ ਬਾਅਦ ਮੈਨੂੰ ਇਹਦੇ ਬਾਰੇ ਦੱਸਿਆ E2 ਇਮੀਗ੍ਰੇਸ਼ਨ ਬਾਰੇ, ਅਤੇ ਇਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਕੋਈ ਪੈਸਾ ਨਹੀਂ ਲਿਆ ਹੈਗਾ ਅਤੇ ਸਾਰਾ ਵਧੀਆ ਜਲਦੀ ਤੋਂ ਜਲਦੀ ਵੀਜ਼ਾ ਲੈ ਕੇ ਦਿੱਤਾ। ਬਹੁਤ ਵਧੀਆ ਕੰਮ ਸੀਗਾ ਇਹਨਾਂ ਦਾ। ਤੁਸੀਂ ਪੜ੍ਹਾਈ ਕਰ ਰਹੇ ਹੋ? ਸਰ ਮੇਰੇ ਕੋਲ ਅੱਜ 35 ਬੱਚਿਆਂ ਦੇ ਵੀਜ਼ਾ ਰਿਸੀਵ ਹੋਏ ਹੈ, ਜਿਸ ਚੋਂ ਸਾਡੇ ਕੋਲ 35 ਫਾਈਲਾਂ ਆਈਆਂ ਸੀ। ਸਾਡੇ 100% ਸਕਸੈਸ ਰੇਟ ਗਿਆ, ਜੋ ਕਿ ਮੈਂ ਨਹੀਂ ਮੰਨਦਾ ਵੀ ਕਿਸੇ ਵੀ ਸਾਡੇ ਰੀਜਨ 'ਚ ਕਿਸੇ ਵੀ ਬੰਦੇ ਦਾ ਇੰਨਾ ਸਕਸੈਸ ਰੇਟ ਗਿਆ ਹੋਏਗਾ। ਦੂਸਰੀ, ਜਿਵੇਂ ਇਸ ਫੀਲਡ 'ਚ ਬਹੁਤ ਠੱਗੀ ਠੋਰੀ ਚੱਲਦੀ ਹੈ, ਅਤੇ ਉਸ ਚੀਜ਼ ਤੋਂ ਬਚਣ ਲਈ ਅਸੀਂ ਕੀ ਕੀਤਾ ਹੋਇਆ ਕਿ ਸਾਡੇ ਜਿੰਨੇ ਵੀ ਬੱਚਿਆਂ ਦੇ ਵੀਜ਼ੇ ਆਏ ਹੈ ਉਹਨਾਂ ਤੋਂ, ਚਾਹੇ ਐਮਬੈਸੀ ਫੀਸ ਹੋਏ, ਚਾਹੇ ਫੀਸ ਹੋਏ ਕਾਲਜ ਦੀ, ਯੂਨੀਵਰਸਿਟੀ ਦੀ, ਇੱਕ ਤਾਂ ਅਸੀਂ ਉਹਨਾਂ ਨੂੰ ਗੌਰਮੈਂਟ ਯੂਨੀਵਰਸਿਟੀਜ਼ ਲੈ ਕੇ ਦੇ ਰਹੇ ਹਾਂ, ਅਤੇ ਦੂਸਰਾ ਜਿੰਨਾ ਵੀ ਪੈਸਾ ਇੰਕਲੂਡਿੰਗ ਐਮਬੈਸੀ ਫੀਸ ਅਸੀਂ ਉਹਨਾਂ ਤੋਂ ਵੀਜ਼ੇ ਤੋਂ ਬਾਅਦ ਲੈ ਰਹੇ ਹਾਂ। ਮੇਨ ਬੱਚੇ ਸਾਡੇ ਫਸਦੇ ਹੈ ਜਦੋਂ ਬੱਚਾ ਜਾਂਦਾ ਅੰਮ੍ਰਿਤਸਰ, ਜਲੰਧਰ, ਦਿੱਲੀ। ਸਰ ਇੱਕ ਤਾਂ ਮੈਂ ਤੁਹਾਡੇ ਆਪਣੇ ਸ਼ਹਿਰ ਦਾ ਬੱਚਾ ਹਾਂ ਨਾ, ਤੁਹਾਨੂੰ ਇੱਥੇ ਹੀ ਚੱਲਦਾ ਫਿਰਦਾ ਮਿਲ ਜੂਗਾ, ਸਾਹਮਣੇ ਸਾਡਾ ਘਰ ਹੈ, ਤਾਂ ਕਦੇ ਵੀ ਲੋਕਲ ਬੰਦਾ ਆ ਜਿਹੜਾ ਉਹ ਕਦੇ ਵੀ ਫਰੋਡ ਵਾਲੀ ਸਾਈਡ ਨਹੀਂ ਜਾਏਗਾ। ਦੂਸਰਾ, ਅਸੀਂ ਲੰਬੀ ਰੇਸ ਦੇ ਘੋੜੇ ਹਾਂ ਸਰ, ਅਸੀਂ 5 ਸਾਲ ਸਾਨੂੰ ਇੱਥੇ ਹੋ ਗਏ ਅਤੇ ਅਸੀਂ ਅੱਗੇ ਇਹੀ ਕੰਮ ਕਰਨਾ, ਤਾਂ ਅਸੀਂ ਕਦੇ ਫਰੋਡ ਵੱਲ ਨਹੀਂ ਜਾਵਾਂਗੇ। ਮੇਨ ਫਰੋਡ ਬੱਚਿਆਂ ਨਾਲ ਹੁੰਦਾ ਜਦੋਂ ਬੱਚੇ ਦੂਰ ਜਾਂਦੇ ਆ, ਹੈ ਨਾ, ਬੱਚਿਆਂ ਨੂੰ ਲੱਗਦਾ ਕਿ ਸ਼ਾਇਦ ਜਲੰਧਰ ਜ਼ਿਆਦਾ ਵਧੀਆ ਕੰਮ ਆਉਂਦਾ ਹੋਏ। ਇੰਗਲਿਸ਼ 'ਚ ਕਹਾਵਤ ਹੈ ਕਿ ਗ੍ਰਾਸ ਇਜ਼ ਗ੍ਰੀਨਰ ਔਨ ਦਾ ਅਦਰ ਸਾਈਡ,
ਬਟ ਐਵੇਂ ਯੂਜਲੀ ਹੁੰਦਾ ਨਹੀਂ, ਆਪਾਂ ਨੂੰ ਲੱਗਦਾ ਵੀ ਉੱਥੇ ਸ਼ਾਇਦ ਦੂਜੇ ਪਾਸੇ ਘਰ ਹੈ, ਆਪਾਂ ਉੱਥੇ ਜਾਂਦੇ ਹਾਂ ਉੱਥੇ ਲੱਗਦਾ ਨਹੀਂ ਇਹ ਸੇਮ ਹੈ। ਐਕਚੁਅਲ 'ਚ ਕੀ ਹੈ ਕਿ ਸਾਡੇ ਲੋਕਲ ਬੰਦਾ ਜਿਹੜਾ ਹੈ ਉਹ ਕਦੇ ਵੀ ਫਰੋਡ ਨਹੀਂ ਕਰੇਗਾ। ਦੂਸਰਾ, ਅਸੀਂ ਗਵਰਨਮੈਂਟ ਆਫ ਇੰਡੀਆ ਆਥੋਰਾਈਜ਼ਡ ਹਾਂ, ਸਾਡੇ ਕੋਲ 3 ਲਾਇਸੈਂਸਿਸ ਹੈ ਜੋ ਰਿਕੁਆਇਰਡ ਹੈ। ਸਮਾਨ ਇਸ ਮੇਰੇ ਖਿਆਲ ਹਾਰਡਲੀ 2 ਜਾਂ 3 ਇਮੀਗ੍ਰੇਸ਼ਨ ਵਾਲੇ ਹੋਏਗੇ ਜਿਨ੍ਹਾਂ ਕੋਲ ਲਾਇਸੈਂਸਿਸ ਹੋਏਗੇ। ਸਭ ਤੋਂ ਬੜੀ ਗੱਲ ਇਹ ਹੈ ਕਿ ਅਸੀਂ ਜੋ ਵੀ ਪੇਮੈਂਟ ਲੈਣੀ ਹੈ, ਕੋਈ ਐਮਬੈਸੀ ਫੀਸ, ਕੋਈ ਕੁਛ ਵੀ, ਅਸੀਂ ਵੀਜ਼ੇ ਤੋਂ ਬਾਅਦ ਲੈਂਦੇ ਹਾਂ। ਅੱਜ ਵੀ ਸਾਡੇ 35 ਬੱਚਿਆਂ ਦਾ ਵੀਜ਼ਾ ਆਇਆ ਔਰ ਤੁਸੀਂ ਮਿਲੀ ਹੋ ਸਾਰਿਆਂ ਦੇ ਪੇਰੈਂਟਸ ਨੂੰ, ਸਭ ਬਹੁਤ ਖੁਸ਼ ਹੈ, ਕਿਸੇ ਦਾ ਵੀ 1 ਰੁਪਏ ਦਾ ਨੁਕਸਾਨ ਨਹੀਂ ਹੋਣ ਦਿੱਤਾ। ਅੱਜ ਕਿਹੜੇ ਕਿਹੜੇ ਦੇਸ਼ ਦੇ ਵੀਜ਼ੇ ਆਏ ਸਰ? ਸਾਡੇ ਕੋਲ UK, USA, ਆਸਟ੍ਰੇਲੀਆ ਅਤੇ ਕੈਨੇਡਾ ਦੇ ਵੀਜ਼ੇ ਆਏ ਹੈ। ਤੁਸੀਂ ਬਿਲੀਵ ਨਹੀਂ ਕਰੋਗੇ ਕਿ ਦੋ ਬੱਚੇ ਤਾਂ ਐਵੇਂ ਹੈ ਕਿ ਜਿਵੇਂ ਆਪਾਂ ਕਹਿੰਦੇ ਨਹੀਂ ਉਲਟੀ ਗੰਗਾ ਬਈ ਹੈ, ਦੋ ਬੱਚੇ ਤਾਂ ਪਟਿਆਲੇ ਤੋਂ ਆ ਕੇ ਇੱਥੇ ਵੀਜ਼ਾ ਲਗਵਾ ਕੇ ਗਏ। ਠੀਕ ਹੈ, ਗੱਲ ਚੰਦ ਲੋਕਾਂ ਤੁਸੀਂ ਸਰ, ਮੈਂ ਲੋਕਾਂ ਨੂੰ ਇਹੀ ਸਮਝਾਉਣਾ ਚਾਹੁੰਦਾ ਕਿ ਇੱਕ ਵਾਰ ਟਰੱਸਟ ਕਰੋ, ਆਓ। ਇਹ ਮੈਂ ਤੁਹਾਡੇ ਸ਼ਹਿਰ ਦਾ ਬੇਟਾ ਹੋ ਕੇ ਇੱਕ ਵਿਸ਼ਵਾਸ ਦਿਲਾਉਣਾ ਕਿ ਤੁਹਾਡਾ ਪੈਸਾ ਨਹੀਂ ਖਰਾਬ ਹੋਣ ਦਊਂਗਾ ਔਰ ਜ਼ਿੰਮੇਵਾਰੀ ਲੈਣਾ ਕਿ ਤੁਹਾਨੂੰ ਵੀਜ਼ਾ ਕਢਵਾ ਕੇ ਦਊਂਗਾ। ਮੇਰਾ ਨਾਮ ਗੁਰਚਰਨ ਸਿੰਘ, ਪਿੰਡ ਬੰਮਣੇ ਦਾ ਰਹਿਣ ਵਾਲਾ। ਹਾਂ, ਮੇਰੇ ਨਾਲ ਦੇ ਪਿੰਡ ਨਮਾਦਾਂ, ਮੁਨਸ਼ੀਵਾਲਾ, ਬੰਮਣਾ ਅਤੇ ਆਸ ਪਾਸ ਦੇ ਪਿੰਡਾਂ, ਧਰਮਗੜ੍ਹ, ਕਾਫੀ ਪਿੰਡਾਂ ਦੇ ਬੱਚਿਆਂ ਦੇ ਰਿਜ਼ਲਟ ਬਹੁਤ ਵਧੀਆ ਆਏ ਨੇ। ਉਹਨਾਂ ਦੇ ਵੀਜ਼ੇ ਬੜੀ ਛੇਤੀ ਆਏ ਨੇ, ਬੜੇ ਮਤਲਬ ਫਾਸਟਲੀ ਆਏ ਨੇ ਰਿਜ਼ਲਟ ਇੱਥੇ। ਅਤੇ ਇਹਦੇ ਰਾਘਵ ਜੀ ਬੜਾ ਅੱਛਾ ਡੀਲ ਕਰਦੇ ਨੇ, ਲੋਕਾਂ ਨੂੰ ਗਾਈਡ ਕਰਦੇ ਨੇ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ। ਜਿਹਨੇ ਲੋਕ +2 ਤੋਂ ਬਾਅਦ ਹੁਣ ਰੁਝਾਨ ਹੈ ਬਾਹਰ ਜਾਣ ਦਾ, ਤਾਂ ਬੱਚਿਆਂ ਦੇ ਰਿਜ਼ਲਟ ਬਹੁਤ ਵਧੀਆ ਨੇ ਇੱਥੇ E2 ਇਮੀਗ੍ਰੇਸ਼ਨ ਸੈਂਟਰ ਦੇ। ਅਤੇ ਲੋਕ ਬੜਾ ਦੂਰੋਂ ਦੂਰੋਂ ਚੱਲ ਕੇ ਵੀ ਇੱਥੇ ਆ ਕੇ ਆਪਣੇ ਵੀਜ਼ਾ, ਜਿਨ੍ਹਾਂ ਦੇ ਵੀਜ਼ੇ ਕਿਸੇ ਕਾਰਨ ਰੁਕ ਜਾਂਦੇ ਨੇ, ਤਾਂ ਉਹ ਇੱਥੋਂ ਆ ਕੇ ਰਿਜ਼ਲਟ ਬਹੁਤ ਅੱਛੇ ਮਿਲਦੇ ਨੇ, ਬਹੁਤ ਅੱਛੀ ਡੀਲਿੰਗ ਮਿਲਦੀ ਹੈ। ਸਾਰਾ ਸਟਾਫ, ਸਾਰਾ ਜਿੰਨਾ ਵੀ ਹੈ ਇੱਥੇ, ਸਾਰੇ ਬਹੁਤ ਅੱਛੇ ਤਰੀਕੇ ਦੇ ਨਾਲ ਡੀਲ ਕਰਦੇ ਨੇ। ਤਾਂ ਬਹੁਤ ਅੱਛਾ ਲੱਗਦਾ ਇੱਥੇ ਆ ਕੇ, ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਸਾਡੇ ਇਲਾਕੇ ਦੇ ਵਿੱਚ, ਸਮਾਣੇ ਦੇ ਵਿੱਚ ਇੰਨਾ ਵਧੀਆ ਸੈਂਟਰ ਖੁੱਲ੍ਹਿਆ, ਇਮੀਗ੍ਰੇਸ਼ਨ ਸੈਂਟਰ। ਤਾਂ ਸਾਨੂੰ ਸਾਰਿਆਂ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ, ਬਹੁਤ ਅੱਛਾ ਮਤਲਬ ਪਰਿਵਾਰਿਕ ਮਾਹੌਲ ਮਿਲਦਾ ਇੱਥੇ। ਕੇਵਲ ਸਿੰਘ ਹੈ ਜੀ, ਪਿੰਡ ਨਮਾਦਾਂ ਤੋਂ ਆ। ਜਿਹੜਾ E2 ਇਮੀਗ੍ਰੇਸ਼ਨ ਸਮਾਣੇ ਦੇ ਵਿੱਚ ਹੈ, ਦਰਅਸਲ ਲੋਕ ਜਲੰਧਰ, ਲੁਧਿਆਣਾ, ਚੰਡੀਗੜ੍ਹ ਬੜੇ ਬੜੇ ਸ਼ਹਿਰਾਂ 'ਚ ਜਾਂਦੇ ਨੇ, ਉੱਥੇ ਬੜੀਆਂ ਬੜੀਆਂ ਫਰਾਡ ਹੁੰਦੇ ਨੇ ਬੱਚਿਆਂ ਨਾਲ, ਉਹਨਾਂ ਦੇ ਡਾਕੂਮੈਂਟਾਂ ਦੇ ਨਾਲ, ਉਹਨਾਂ ਦੇ ਪੈਸਿਆਂ ਦੇ ਨਾਲ। ਪਰ ਜਿਹੜਾ E2 ਇਮੀਗ੍ਰੇਸ਼ਨ ਹੈ, ਮੈਂ ਇਹਦੇ ਨਾਲ ਤਕਰੀਬਨ ਪਿਛਲੇ 4-5 ਸਾਲਾਂ ਤੋਂ ਜੁੜਿਆ ਹੋਇਆ। ਮੇਰੇ ਆਪਣੇ ਪਰਿਵਾਰ ਦੇ, ਮੇਰੇ ਰਿਸ਼ਤੇਦਾਰਾਂ ਦੇ ਤਕਰੀਬਨ 20 ਬੱਚੇ ਇਸ ਰਾਘਵ ਜੀ ਜਿਹੜਾ ਇਹਨਾਂ ਨੂੰ ਚਲਾ ਰਹੇ ਨੇ, ਓਨਰ ਨੇ ਇਹਨਾਂ ਦੇ, ਉਹਨਾਂ ਦੇ ਥਰੂ ਗਏ ਨੇਗੇ। ਅਤੇ ਗੱਲ ਸਮਾਣੇ ਦੀ ਨਹੀਂ, ਮੈਂ ਗੱਲ ਕਰਾਂ ਤਾਂ ਪੰਜਾਬ ਦੀ, ਤਾਂ ਨਾਭੇ ਦੇ ਵਿੱਚੋਂ, ਨਾਭੇ ਤੋਂ ਅੱਗੇ ਅਮਰਗੜ੍ਹ ਤੱਕ ਦੇ ਬੱਚੇ ਜਿਹੜੇ ਉਰੇ ਆ ਕੇ ਸਹੀ ਗਾਈਡ ਲੈਂਦੇ ਨੇ। ਜਿਹੜਾ ਇੱਥੇ ਦਾ ਸਟਾਫ ਹੈ ਜਾਂ ਇੱਥੇ ਦੇ ਜਿਹੜੇ ਓਨਰ ਨੇ ਰਾਘਵ ਜੀ, ਤਾਂ ਬਿਲਕੁਲ ਜੇ ਉਹਨਾਂ ਦਾ ਕੇਸ ਜਾਣ ਵਾਲਾ ਉਸ ਨੂੰ ਫੜਦੇ ਨੇ, ਕਿਸੇ ਨਾਲ ਕੋਈ ਧੋਖਾਧੜੀ ਨਹੀਂ, ਕਿਸੇ ਨਾਲ ਕੋਈ ਗਲਤ ਕਮਿਟਮੈਂਟ ਨਹੀਂ। ਇਸੇ ਕਰਕੇ ਇਹਨਾਂ ਦੇ ਜਿਹੜੇ ਰਿਜ਼ਲਟ ਨੇ 99% ਰਿਜ਼ਲਟ, 1% ਕੋਈ ਕਰਮਾਂ ਦਾ ਚੱਕਰ ਹੋਵੇ ਨਹੀਂ ਹੋਵੇ, ਨਹੀਂ ਆਉਂਦੇ ਨੇ। ਮੇਰੇ ਪਰਿਵਾਰ 'ਚੋਂ, ਮੇਰੇ ਭਾਣਜੇ ਭਾਣਜਿਆਂ ਤੋਂ ਤਕਰੀਬਨ 25 ਬੱਚਿਆਂ ਦੇ ਵੀਜ਼ੇ ਲਾਏ ਨੇ। ਕੁਛ ਬੱਚੇ ਐਸੇ ਨੇ, ਮੇਰੀ ਭਤੀਜੀ ਐਸੀ ਹੈ ਜਿਹੜੀ 2016 ਤੋਂ ਅਲੱਗ ਅਲੱਗ ਏਜੰਟਾਂ ਲਵੇ ਜਾਂ ਅਲੱਗ ਅਲੱਗ ਲੁਧਿਆਣਾ ਜਲੰਧਰ ਜਾ ਕੇ ਉਹ ਥੱਕ ਹਾਰ ਕੇ ਬੈਠ ਗਈ, ਤਾਂ ਇਸ ਵਾਰ ਉਹ ਵੀ 9 ਤਰੀਕ ਨੂੰ ਜਾਰੀ ਹੈ। ਤਾਂ ਬੜਾ ਤਕਰੀਬਨ 2 ਮਹੀਨੇ ਇਹਨਾਂ ਲਵੇ ਪਹਿਲਾਂ ਆਏ ਸੀ। ਇਹ ਸਨ ਸਟੂਡੈਂਟ ਦੇ ਮਾਪੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਹੜਾ E2 ਇਮੀਗ੍ਰੇਸ਼ਨ ਸੈਂਟਰ ਸਮਾਣਾ ਹੈ, ਇੱਥੇ ਆਓ ਔਰ ਇੱਥੇ ਆ ਕੇ ਪੜ੍ਹਾਈ ਕਰੋ ਔਰ ਤੁਹਾਨੂੰ ਵਿਦੇਸ਼ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।